ਸ਼ੁੱਕਰਵਾਰ ਸ਼ਾਮ ਨੂੰ ਮੋਟਰਸਾਈਕਲ ਸਵਾਰ 3 ਹਮਲਾਵਰਾਂ ਨੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਬਾਹਰ ਉਡੀਕ ਕਰ ਰਹੇ ਇੱਕ ਵਿਅਕਤੀ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਜ਼ਖਮੀ ਦੀ ਪਛਾਣ ਲਲਿਤ ਕੁਮਾਰ ਉਰਫ ਲਾਲੀ ਵਜੋਂ ਹੋਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਲਾਲੀ ਅਤੇ ਉਸਦੇ ਦੋ ਸਾਥੀ ਜ਼ਮਾਨਤ 'ਤੇ ਰਿਹਾਅ ਹੋਏ, ਆਪਣੇ ਦੋਸਤ ਨੂੰ ਲੈਣ ਲਈ ਕੇਂਦਰੀ ਜੇਲ੍ਹ ਦੇ ਬਾਹਰ ਉਡੀਕ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ 3 ਅਣਪਛਾਤੇ ਹਮਲਾਵਰ ਉੱਥੇ ਆਏ ਅਤੇ ਜੇਲ੍ਹ ਬਾਹਰ ਖੜ੍ਹੇ ਨੌਜਵਾਨ 'ਤੇ 3 ਰਾਊਂਡ ਫਾਇਰ ਕੀਤੇ, ਜਿਸ 'ਚ ਲਾਲੀ ਜ਼ਖਮੀ ਹੋ ਗਿਆ। ਲਾਲੀ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਲਾਲੀ ਦਾ ਵੀ ਅਪਰਾਧਿਕ ਰਿਕਾਰਡ ਹੈ ਅਤੇ ਹਾਲ ਹੀ ਵਿੱਚ ਕਿਸੇ ਕੇਸ ਵਿੱਚ ਜ਼ਮਾਨਤ 'ਤੇ ਰਿਹਾਅ ਹੋਇਆ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ 3 ਹਮਲਾਵਰਾਂ ਬਾਰੇ ਸੁਰਾਗ ਲੱਭਣ ਲਈ CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਭਾਜੀ, ਕੀ ਨਾਂ ਤੁਹਾਡਾ, ਕੀ ਵਾਰਦਾਤ ਹੋਈ? ਮੇਰਾ ਨਾਂ ਕਰਨ। ਕਿੱਥੇ ਵਾਰਦਾਤ ਹੋਈ ਹੈ? ਜੇਲ੍ਹ ਦੇ ਬਾਹਰ, ਸੈਂਟਰ ਜੇਲ੍ਹ। ਕੀ ਕਾਰਨ ਬਣੇ ਨੇ? ਕਾਰਨ ਕੋਈ ਨਹੀਂ ਭਾਜੀ, ਅਸੀਂ ਮੁੰਡੇ ਨੂੰ ਲੈਣ ਗਏ, ਸਾਡਾ ਮੁੰਡਾ ਬਾਹਰ ਆ ਰਿਹਾ ਪਿਆ ਜੇਲ੍ਹ 'ਚੋਂ, ਅਸੀਂ ਉਹਨੂੰ ਲੈਣ ਗਏ ਅਤੇ ਅਸੀਂ ਬਾਹਰ ਖੜ੍ਹੇ ਹੋਏ ਜੀ। ਉਧਰੋਂ ਨੇਰੀ ਆਏ ਜੀ, ਬੁਲਟ 'ਤੇ ਅਸੀਂ ਮੋਟਰਸਾਈਕਲ 'ਤੇ 2 ਗੱਡੀਆਂ ਹੈਗੀਆਂ, ਇਹਨਾਂ ਆਉਂਦਾ ਹਰੀ ਗੋਲੀਆਂ ਮਾਰਨੀਆਂ ਸ਼ੁਰੂ ਕਰ। ਕਿੰਨੇ ਬੰਦਿਆਂ ਦੇ, ਕਿਹੜੇ ਬੰਦੇ ਜ਼ਖਮੀ ਹੋਏ ਨੇ? ਕੀ ਬੰਦੇ ਲਾਲੀ ਦੀਆਂ ਗੋਲੀਆਂ ਵੱਜੀਆਂ ਅਤੇ ਦੂਜੇ ਬੰਦੇ ਕਿੰਨੇ ਕੁ ਬੰਦੇ ਸੀ ਉਹ ਜਿਹੜੇ ਗੋਲੀਆਂ ਮਾਰ ਗਏ? ਉਹ 5-6 ਜਣੇ। ਕਹਿੰਦੇ ਤੇ ਆਏ ਸੀ ਉਹ, ਇੱਕ ਦਾ ਮੁੰਡਾ ਬੁਲਟ 'ਤੇ ਹੀ ਨੰਨਾ, ਉਹਨੇ ਗੋਲੀਆਂ ਮਾਰੀਆਂ। ਪਹਿਲਾਂ ਵੀ ਭਾਈ ਨੇ ਸੱਟਾਂ ਮਾਰੀਆਂ, ਉਹਨੇ ਪਹਿਲਾਂ ਵੀ ਝਗੜਾ ਚੱਲ ਰਿਹਾ ਅਤੇ ਭਾਈ ਨੇ ਬਹੁਤ ਦਰਖਾਸ਼ਤਾਂ ਬਾਹਲੀਆਂ ਦਿੱਤੀਆਂ ਨੇ। ਭਾਈ ਨੂੰ ਪ੍ਰੋਟੈਕਸ਼ਨ ਵੀ ਮਿਲੀ ਹੋਈ ਹਾਈਕੋਰਟ ਵੱਲੋਂ, ਗਨਮੈਨ ਮਿਲੇ, ਉਹ ਵੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ। ਗਨਮੈਨ ਦਿੱਤੇ ਹੀ ਨਹੀਂ ਪੁਲਿਸ ਨੇ, ਨਾ ਪੁਲਿਸ ਵੀ ਅੱਗੇ ਪਹਿਲੀਆਂ ਬਹੁਤ ਦਰਖਾਸ਼ਤਾਂ ਦਿੱਤੀਆਂ, ਪੁਲਿਸ ਕੋਈ ਕਾਰਵਾਈ ਨਹੀਂ ਕਰਦੀ, ਕੋਈ ਗੱਲ ਨਹੀਂ ਸੁਣਦੀ। ਹੁਣ ਖਤਰੇ ਜਾਂ ਪੇਟ 'ਚ ਵੱਜੀਆਂ ਗੋਲੀਆਂ? ਕਿੰਨੀਆਂ ਗੋਲੀਆਂ ਜੀ? 2 ਗੋਲੀਆਂ ਵੱਜੀਆਂ। ਕਿਆ ਹੈ ਪੂਰਾ ਮਾਮਲਾ ਔਰ ਕੈਸੇ ਕਹਾਂ ਫਾਇਰਿੰਗ ਹੋਈ ਹੈ? ਫਿਰੋਜ਼ਪੁਰ ਸ਼ਹਿਰ ਵਿੱਚ ਜਿਹੜਾ ਇੱਕ ਫਾਇਰਿੰਗ ਹੋਈ ਸੀ, ਇੱਕ ਜਿਹੜਾ ਬੰਦਾ ਹੈਗਾ ਲਲਿਤ ਕੁਮਾਰ, ਉਹ ਜਿਹੜਾ ਹੈਗਾ ਇੰਜਰਡ ਹੈਗਾ। ਇਹ ਬੰਦੇ 'ਤੇ ਪਹਿਲੇ ਵੀ 8 ਪਰਚੇ ਸੀਗੇ, 302 ਦੇ, 307 ਦੇ, 399 ਦੇ। ਇਹ ਜਿਹੜਾ ਹੈਗਾ 7 ਮਹੀਨੇ 2023 'ਚ ਜੇਲ੍ਹ ਤੋਂ ਬਾਹਰ ਆਇਆ ਸੀ, ਇਸ 'ਤੇ ਜਿਹੜਾ ਹੈਗਾ ਗੋਲੀ ਚੱਲੀ ਹੈ। ਇਹਨੂੰ ਇਮੀਡੀਏਟਲੀ ਹੋਸਪਿਟਲ ਅਰੈਸਟ ਕੀਤਾ ਗਿਆ, ਹੁਣ ਇਸਦਾ ਹੋਸਪਿਟਲ ਵਿੱਚ ਇਲਾਜ ਚੱਲ ਰਿਹਾ। ਪਰਚਾ ਦਰਜ ਕਰਕੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਸਰ, ਗੋਲੀ ਚੱਲੀ ਕਹਾਂ? ਗੋਲੀ ਫਿਰੋਜ਼ਪੁਰ ਸ਼ਹਿਰ ਵਿੱਚ। ਸ਼ਹਿਰ ਜੀ, ਧੰਨਵਾਦ, ਥੈਂਕ ਯੂ।